ਸਤਿ ਸ੍ਰੀ ਅਕਾਲ ਜੀ। ਬੈਕ ਟੂ ਬੈਕ ਲੈ ਕੇ ਆ ਰਹੇ ਫਿਲਮਾਂ ਦੇ ਸਟਾਰ ਦੇਵ ਖਰੌੜ ਆਪਣੀ ਇੱਕ ਹੋਰ ਨਵੀਂ ਫਿਲਮ ਲੈ ਕੇ ਆ ਰਹੇ ਹਨ। ਦੇਵ ਖਰੌੜ ਜੋ ਕਿ ਕੋਈ ਨਾ ਕੋਈ ਡਿਫਰੈਂਟ ਬੇਸਡ ਕੰਟੈਂਟ ਮੂਵੀ ਲੈ ਕੇ ਆ ਰਹੇ ਹਨ, ਜਿਨ੍ਹਾਂ ਨੂੰ ਉਹਨਾਂ ਦੇ ਫੈਨਸ ਬਹੁਤ ਹੀ ਪਸੰਦ ਕਰਦੇ ਹਨ। ਇਸੇ ਤਰ੍ਹਾਂ ਦੇਵ ਖਰੌੜ ਨੇ ਆਪਣੀ ਇੱਕ ਹੋਰ ਨਵੀਂ ਫਿਲਮ ਦੀ ਅਨਾਊਂਸਮੈਂਟ ਕਰ ਦਿੱਤੀ ਹੈ। ਉਸ ਫਿਲਮ ਦਾ ਨਾਮ ਬੰਬ ਜਿਗਰਾ ਹੋਏਗਾ। ਇਸ ਦੀ ਜਾਣਕਾਰੀ ਦੇਵ ਖਰੌੜ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਪੋਸਟ ਸ਼ੇਅਰ ਕਰਕੇ ਦਿੱਤੀ ਹੈ। ਉਹ ਪੋਸਟ ਇਹ ਹੈ। ਇਸ ਪੋਸਟ ਨੂੰ ਸ਼ੇਅਰ ਕਰਦਿਆਂ ਲਿਖਿਆ ਹੈ, ਲਓ ਵੀ ਦੋਸਤੋ 2020 'ਚ ਮਿਲਦੇ ਹਾਂ ਸਿਨੇਮਾ ਘਰਾਂ 'ਚ ਬੰਬ ਜਿਗਰਾ ਨਾਲ। ਇਸ ਫਿਲਮ ਦੀ ਰਿਲੀਜ਼ਿੰਗ ਡੇਟ ਬਾਰੇ ਹਲੇ ਕੁਝ ਨਹੀਂ ਦੱਸਿਆ ਹੈ, ਪਰ ਇਸ ਫਿਲਮ ਨੂੰ ਦੇਵ ਖਰੌੜ ਆਪਣੇ ਫੈਨਸ ਤੱਕ ਜਲਦ ਹੀ ਲੈ ਕੇ ਆਉਣਗੇ। ਇਸ ਫਿਲਮ ਨੂੰ ਬਿੰਨੂ ਢਿੱਲੋਂ ਪ੍ਰੋਡਕਸ਼ਨ ਅਤੇ ਓਮ ਜੀ ਸਟਾਰ ਸਟੂਡੀਓਜ਼ ਵੱਲੋਂ ਪ੍ਰੈਜੈਂਟ ਕੀਤਾ ਜਾਏਗਾ। ਇਸ ਫਿਲਮ ਨੂੰ ਸੁਖਮਿੰਦਰ ਧੰਜਲ ਡਾਇਰੈਕਟ ਕਰਨਗੇ। ਇਸ ਫਿਲਮ ਦੇ ਰਾਈਟਰ ਇੰਦਰਪਾਲ ਸਿੰਘ ਹਨ। ਇਸ ਫਿਲਮ ਦੀ ਸਟਾਰਿੰਗ ਹਨ ਦੇਵ ਖਰੌੜ, ਅੰਚਲ ਸਿੰਘ, ਰਾਹੁਲ ਦੇਵ। ਬਾਕੀ ਇਸ ਫਿਲਮ ਦੀ ਹੋਰ ਜਾਣਕਾਰੀ ਬਾਰੇ ਹਲੇ ਕੁਝ ਨਹੀਂ ਦੱਸਿਆ ਗਿਆ ਹੈ। ਬੰਬ ਜਿਗਰਾ ਫਿਲਮ ਦੀ ਕੌਣ ਕੌਣ ਵੇਟ ਕਰ ਰਿਹਾ ਹੈ? ਦੇਵ ਖਰੌੜ ਦੇ ਜੋ ਵੀ ਫੈਨਸ ਬੰਬ ਜਿਗਰਾ ਫਿਲਮ ਦੀ ਵੇਟ ਕਰ ਰਹੇ ਹਨ ਤਾਂ ਉਹ ਕਮੈਂਟ ਵਿੱਚ ਇਸ ਫਿਲਮ ਲਈ ਗੁੱਡ ਲੱਕ ਜ਼ਰੂਰ ਲਿਖਣ ਅਤੇ ਨਾਲ ਹੀ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਬੈੱਲ ਨੋਟੀਫਿਕੇਸ਼ਨ ਵਾਲਾ ਬਟਨ ਦਬਾਉਣਾ ਨਾ ਭੁੱਲਣਾ, ਤਾਂ ਜੋ ਕਿ ਤੁਹਾਡੇ ਤੱਕ ਹਰ ਇੱਕ ਨਿਊ ਫਿਲਮ ਦੀ ਅਤੇ ਹਰ ਇੱਕ ਨਿਊ ਸੌਂਗ ਦੀ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਮਿਲਦੀ ਰਹੇ। ਧੰਨਵਾਦ।